ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਸਾਡੇ ਨਾਲ ਮੈਡਮ ਵੀਨਾ ਗੋਇਲ ਜੀ ਮੌਜੂਦ ਨੇ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ 26 27 ਸਾਲ ਦਾ ਐਕਸਪੀਰੀਅੰਸ ਹੈ ਨੈਵੀਗੇਟਰ ਓਵਰਸੀਜ਼ ਸੋਲੂਸ਼ਨਸ ਪ੍ਰਾਈਵੇਟ ਲਿਮਟਿਟਡ ਇਹਨਾਂ ਦੀ ਕੰਪਨੀ ਹੈ ਲਾਇਸੈਂਸਡ ਹੈ ਪੰਜਾਬ ਸਰਕਾਰ ਤੋਂ ਔਰ ਆਸਟ੍ਰੇਲੀਆ ਨੂੰ ਖਾਸ ਤੌਰ ਤੇ ਬਹੁਤ ਚੰਗੀ ਸਕਸੈਸ ਦੇ ਤੌਰ ਤੇ ਮੈਡਮ ਵੀਨਾ ਗੋਇਲ ਜਾਣੇ ਜਾਂਦੇ ਨੇ ਔਰ ਹੁਣ ਜਦੋਂ ਫ फेब्रुवारी ਇਨਟੇਕ ਲਈ ਸੀਟਾਂ ਲਗਾਤਾਰ ਭਰ ਰਹੀਆਂ ਨੇ ਤੇ ਫ फेब्रुवारी ਇਨਟੇਕ ਦੇ ਲਈ ਕਈ ਅਹਿਮ ਗੱਲਾਂ ਅੱਜ ਸਾਡੇ ਨਾਲ ਸਾਂਝੀਆਂ ਕਰਨਗੇ ਸਭ ਤੋਂ ਪਹਿਲਾਂ ਤਾਂ ਇਹ ਦੱਸਣਗੇ ਕਿ ਇੱਕ ਵੀਕ ਚ ਆਫਰ ਲੈਟਰ ਔਰ ਜਿਹੜਾ ਜੀਟੀ ਹੈ ਉਹਦਾ ਫਾਸਟ ਅਪਰੂਵਲ ਕਿਵੇਂ ਫਿਰ ਜਿਹੜਾ ਇੱਕ ਮਸਲਾ ਉਲਝਿਆ ਹੋਇਆ ਹੈ ਪੰਜਾਬ ਤੇ ਹਰਿਆਣਾ ਬੋਰਡਸ ਜਾਂ ਸਟੇਟ ਬੋਰਡਸ ਨੂੰ ਬੜੀ ਦਿੱਕਤ ਆ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਜਦਕਿ ਸੀਬੀਐਸਸੀ ਬੋਰਡ ਲਈ ਖੁਸ਼ਖਬਰੀਆਂ ਵਾਲਾ ਮਾਹੌਲ ਹੈ ਇਹਦੇ ਉੱਪਰ ਪੂਰੀ ਕਲੈਰਿਟੀ ਕਰਨਗੇ ਔਰ ਇਹਦੇ ਨਾਲ ਨਾਲ ਦੱਸਣਗੇ ਕਿ ਫ फेब्रुवारी ਇਨਟੇਕ ਦੇ ਵਿੱਚ ਜੇ ਚੰਗਾ ਕੋਰਸ ਕਾਲਜ ਜਾਂ ਯੂਨੀਵਰਸਿਟੀ ਨਾ ਲਈ ਤੇ ਕਿਉਂ ਰਿਫਿਊਜ਼ਲ ਦੇ ਖਤਰੇ ਨੇ A to Z ਕਲੈਰਿਟੀ ਦੇਣਗੇ ਮੈਡਮ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ A to Z ਤੁਸੀਂ ਕਲੈਰਿਟੀ ਅੱਜ ਸਟੂਡੈਂਟਸ ਨਾਲ ਸਾਂਝੀ ਕਰੋ ਦੇਖੋ ਫੈਬ ਇਨਟੇਕ ਵਾਸਤੇ ਟਾਈਮ ਬਹੁਤ ਘੱਟ ਰਹਿ ਗਿਆ ਲੇਕਿਨ ਇਹ ਇੱਕ ਅਛਾ ਮਤਲਬ ਜਿੰਨੂੰ ਕਹਿਣਾ ਚਾਹੀਦਾ ਅਪਡੇਟ ਹੈ ਕਿ ਹਜੇ ਅਪਲਾਈ ਕਰ ਸਕਦੇ ਹੈ ਕਿਉਂਕਿ ਯੂਨੀਵਰਸਿਟੀਆਂ ਨਾਲ ਕੱਲ ਹੀ ਮੇਰੀ ਮੀਟਿੰਗ ਹੋਈ ਹੈ ਤੇ ਕਿਉਂਕਿ ਫੈਬ ਇਨਟੇਕ ਹੈ ਇਮੀਡੀਏਟ ਕੁਝ ਯੂਨੀਵਰਸਿਟੀਆਂ ਦਾ ਤੇ ਜੇ ਬੱਚੇ ਦੇ ਡਾਕੂਮੈਂਟਸ ਪੂਰੇ ਆ 1 ਵੀਕ ਚ ਵੀ ਆਫਰ ਲੈਟਰ ਆ ਸਕਦਾ ਦੇਖੋ CBSE ਦੇ ਬੱਚੇ ਮੈਕਸਿਮਮ ਯੂਨੀਵਰਸਿਟੀਆਂ ਲੈ ਰਹੀਆਂ ਜਿਹੜੇ ਸਟੇਟ ਬੋਰਡ ਦੇ ਉਹ ਬਹੁਤ ਘੱਟ ਯੂਨੀਵਰਸਿਟੀਆਂ ਲੈ ਰਹੀਆਂ ਰਾਈਟ CBSE ਬੱਚੇ ਦੇ 65% 6 ਬੈਂਡ ਈਚ ਮੈਕਸਿਮਮ ਯੂਨੀਵਰਸਿਟੀਆਂ ਦੀ ਰਿਕੁਆਇਰਮੈਂਟ ਹੈ ਬਟ ਮੇਰੇ ਕੋਲ G8 ਯੂਨੀਵਰਸਿਟੀਆਂ ਜਿਹਦੇ ਵਿੱਚ Uh, 60% CBSE ਦੇ ਵਿੱਚ 60% ਜਾਂ 65% ਜਿਆਦਾ ਸੀ ਗੱਲ ਕਰਦੇ ਆ ਉਹ ਮੇਨ ਫੋਰ ਸਬਜੈਕਟਸ ਜੇ ਤੁਸੀਂ ਮੈਡੀਕਲ ਦੇ ਹੋ ਨਾਨ ਮੈਡੀਕਲ ਦੇ ਹੋ ਆਰਟਸ ਦੇ ਹੋ ਕਾਮਰਸ ਦੇ ਹੋ ਜਿਹੜੇ ਅੱਛੇ ਵਾਲੇ ਮੇਨ ਸਬਜੈਕਟਸ ਹੈ ਜਿਦੇ ਵਿੱਚ ਤੁਹਾਡੀ ਲੈਂਗੁਏਜ ਨਹੀਂ ਆਣੀ ਚਾਹੀਦੀ ਹੈ ਚਾਹੇ ਪੰਜਾਬੀ ਹੋਵੇ ਚਾਹੇ ਹਿੰਦੀ ਹੋਵੇ ਕੋਈ ਪੇਂਟਿੰਗ ਆ ਹੋਵੇ ਕੋਈ ਹੋਮ ਸਾਇੰਸ ਇਹ ਸਬਜੈਕਟ ਅਸੀਂ 카ਉਂਟ ਨਹੀਂ ਕਰਦੇ ਤੁਸੀਂ ਉਹ ਚਾਰ ਮੇਨ ਸਬਜੈਕਟ ਦੀ ਪਰਸੈਂਟੇਜ ਆਪ ਕਾਊਂਟ ਕਰਨੀ ਹੈ ਜਿਸ 60% ਮਿਨੀਮਮ ਹੈ ਮੈਂ ਜੀ8 ਯੂਨੀਵਰਸਿਟੀ ਚ ਤੁਹਾਡਾ ਐਡਮਿਸ਼ਨ ਕਰਾ ਸਕਦੀ ਹਾਂ ਵਿਦਿਨ ਅ ਵੀਕ ਤੁਹਾਡਾ ਆਫਰ ਲੈਟਰ ਔਰ ਜੀਟੀ ਕਲੀਅਰ ਕਰਾ ਸਕਦੀ ਹਾਂ ਅਸ ਦੀ ਡੇਟ ਦੇ ਵਿੱਚ ਜੀਟੀ ਈ ਕਲੀਅਰ ਕਰਾਉਣਾ ਸਭ ਤੋਂ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਜੀਟੀ ਦੇ ਵਿੱਚ ਇੰਨਾ ਡਾਕੂਮੈਂਟਸ ਮੰਗਿਆ ਜਾਂਦਾ ਹੈ ਤੁਸੀਂ ਖਾਲੀ ਜਿਹੜਾ ਆਪਣਾ ਪਰਸੈਂਟੇਜ ਕਾਊਂਟ ਕਰੋ ਤੁਹਾਡੇ ਇਨਕਮ 10 ਤੋਂ 15 ਲੱਖ ਹੋਣੀ ਚਾਹੀਦੀ ਹੈ ਤੁਹਾਡੇ 3 ਮੰਥਸ 올ਡ ਫੰਡ ਹੋਣਾ ਚਾਹੀਦੇ ਆਰ ਬੈਂਕ ਲੋਨ ਹੋਣਾ ਚਾਹੀਦਾ ਤੁਹਾਡਾ 1 ਵੀਕ ਦੇ ਅੰਦਰ ਜੀਟੀ ਕਲੀਅਰ ਹੋ ਜਾਏਗਾ ਇਹ ਮੇਰੀ ਗੈਰੰਟੀ ਹੈ ਔਰ ਜਦ ਜੀਟੀ ਕਲੀਅਰ ਹੋ ਗਈ ਤੋ ਸੀਓਈ ਆ ਗਈ ਤੋ ਫਿਫਾ ਬਿੰਟੇਕ ਤੇ ਹਜੇ ਆਪਣੇ ਕੋਲ ਬਥੇਰਾ ਟਾਈਮ ਹੈ ਇਹ ਕੌਨਫੀਡੈਂਸ ਹੋਣਾ ਚਾਹੀਦਾ ਇਹ ਕੌਨਫੀਡੈਂਸ ਕਿਉਂ ਹੈ ਕਿਉਂਕਿ ਅਸੀਂ ਇੰਨੇ ਪੁਰਾਣੇ ਟਾਈਮ ਤੋਂ ਕੰਮ ਕਰ ਰਹੇ ਆ ਸਾਡੇ ਕੋਲ ਉਹ ਚੀਜ਼ਾਂ ਹੈ ਜਿਹੜੀ ਅਸੀਂ ਦੇ ਸਕਦੇ ਆ ਤੁਹਾਨੂੰ ਤੁਹਾਡੇ ਡ੍ਰੀਮ ਪੂਰਾ ਕਰ ਸਕਦੇ ਆ ਕਿਉਂਕਿ ਕੋਈ ਵੀ ਸਟੂਡੈਂਟ ਆਂਦਾ ਉਹਨੂੰ ਮੈਂ ਪੁੱਛਦੀ ਆ ਕਿ ਜਾਣਾ ਕਿੱਥੇ ਆ ਕਿ ਆਸਟ੍ਰੇਲੀਆ ਜਾਣਾ ਹੈ ਆਸਟ੍ਰੇਲੀਆ ਕਿਉਂ ਜਾਣਾ ਹੈ ਮੇਰਾ ਡ੍ਰੀਮ ਹੈ ਤੋ ਮਸਟ ਬੀ ਉਹ ਡ੍ਰੀਮ ਬਣ ਜਾਂਦੇ ਆ ਬੱਚਿਆਂ ਦੇ ਜਦੋਂ ਆਪਣੇ ਫਰੈਂਡਸ ਨੂੰ ਜਾਂਦੇ ਦੇਖਦੇ ਆ ਜਾਂ ਕਿਉਂਕਿ ਇਹੀ ਕੋਵਿਡ ਦੇ ਟਾਈਮ ਆਸਟ੍ਰੇਲੀਆ ਦਾ ਵੀਜ਼ਾ ਇੰਨਾ ਸੌਖਾ ਸੀਗਾ ਅਸੀਂ ਬੱਚਿਆਂ ਨੂੰ ਕਹਿੰਦੇ ਸੀ ਅਪਲਾਈ ਕਰ ਲੋ ਉਸ ਟਾਈਮ ਬਾਰਡਰ ਬੰਦ ਸੀਗਾ ਬੱਚੇ ਨਹੀਂ ਮੰਨਦੇ ਸੀਗੇ ਅਸ ਦਾ ਟਾਈਮ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਵੀਜ਼ਾ ਦਿੱਤਾ ਉੱਥੇ ਕੰਮ ਮਿਲਿਆ ਪਾਰਟ ਟਾਈਮ ਵਰਕ ਅੱਛਾ ਮਿਲਿਆ ਜੌਬ ਚਾਂਸਸ ਅੱਛੇ ਤੇ ਹਰ ਬੱਚਾ ਜਿਹੜਾ ਆਸਟ੍ਰੇਲੀਆ ਮੰਗਦਾ ਹੈ ਬਟ ਆਸਟ੍ਰੇਲੀਆ ਜਾਣ ਵਾਸਤੇ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਉਹ ਤੁਸੀਂ ਧਿਆਨ ਰੱਖੋ ਜਿਹੜੇ ਬੱਚੇ ਸੀਰੀਅਸ ਐ ਉਹ ਮੇਰੇ ਆਪਣਾ ਮੈਮ ਨੰਬਰ ਦਿੰਨੀ ਆ ਸਾਰਿਆਂ ਨੂੰ 9815657184 ਲੇਕਿਨ ਮੈਂ ਫਾਲਤੂ ਇਨਕੁਆਇਰੀ ਕੋਈ ਨਹੀਂ ਹੈਂਡਲ ਕਰਦੀ ਜਿਹੜੇ ਬੱਚੇ ਸੀਰੀਅਸ ਐ ਜਿਨ੍ਹਾਂ ਨੂੰ ਰਿਜ਼ਲਟ ਚਾਹੀਦੇ ਆਪਣੇ ਕੰਮ ਦੇ ਉਹਨਾਂ ਨੂੰ ਮੈਂ 1 ਵੀਕ ਦੀ ਅਕਮੋਡੇਸ਼ਨ ਵੀ ਕਰਾ ਕੇ ਦਿੰਨੀ ਆ ਪੂਰੀ ਸਰਵਿਸਿਜ਼ ਮੈਂ ਦਿੰਨੀ ਆ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਸਰਵਿਸ ਦੀ ਲੋੜ ਐ ਸਾਡਾ ਆਸਟ੍ਰੇਲੀਆ ਦੇ ਵਿੱਚ ਮੈਲਬੌਰਨ ਦੇ ਵਿੱਚ ਆਪਣਾ ਆਫਿਸ ਐ ਉਹ ਹਰ ਬੱਚਾ ਮੈਨੂੰ ਅਪਰੋਚ ਕਰ ਸਕਦਾ 16 ਦਸੰਬਰ ਨੂੰ ਸਾਡਾ ਆਸਟ੍ਰੇਲੀਆ ਦਾ ਸੈਮੀਨਾਰ ਹੈ ਜਿਹੜੇ ਸਟੂਡੈਂਟਸ ਇਹ ਵੀਡੀਓ ਦੇਖ ਰਹੇ ਹੈ ਉਹ ਇਨਕੁਆਇਰੀ ਪੇ ਕਰ ਸਕਦੇ ਆ ਮੈਂ ਆਪਣਾ ਨੰਬਰ ਦੇ ਤਾਂ ਮੈਨੂੰ ਕਾਲ ਕਰ ਸਕਦੇ ਆ ਔਰ ਉਸ ਤੋਂ ਪਹਿਲੇ ਆਫਰ ਲੈਟਰ ਜ਼ਰੂਰ ਲੈ ਲੈਣਾ ਆਦਰਵਾਇਸ ਸੈਮੀਨਾਰ ਵੀ ਹੋ ਰਿਹਾ ਸਾਡਾ 16 ਦਸੰਬਰ ਨੂੰ ਤੁਸੀਂ ਆ ਸਕਦੇ ਹੋ ਥੈਂਕ ਯੂ ਸੋ ਮੱਚ ਸੋ ਮੈਡਮ ਵੀਨਾ ਗੋਇਲ ਨੇ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਹਰ ਰੋਜ਼ ਰਾਤ 8:30 ਵਜੇ ਮੈਮ ਵੀਨਾ ਗੋਇਲ ਦਾ ਲਾਈਵ ਸ਼ੋ ਹੈ ਉਹਦੇ ਵਿੱਚ ਵੀ ਤੁਸੀਂ ਕਾਲ ਕਰ ਸਕਦੇ ਹੋ ਔਰ ਸਕਰੀਨ ਤੇ ਨੰਬਰ ਹੈ ਤੁਸੀਂ ਡੇਟ ਟਾਈਮ ਵਟਸਐਪ ਕਰ ਸਕਦੇ ਹੋ ਆਪਣਾ ਪ੍ਰੋਫਾਈਲ ਭੇਜ ਸਕਦੇ ਹੋ ਟੈਲੀਫੋਨ ਤੇ ਗੱਲ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ